ਸੰਗਰੂਰ ਦੇ ਲਹਿਰਾ ਗਾਗਾ 'ਚ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਨਾਮਦੇਵ ਪੁਟਾਲ ਦੀ 6 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰ ਉਹਨਾਂ ਵੱਲੋਂ ਭਰ ਜਵਾਨੀ ਵਿੱਚ ਵਿਆਹ ਤੋਂ ਪਹਿਲਾਂ ਹੀ ਮ੍ਰਿਤਕ ਸਰੀਰ ਨੂੰ ਦਾਨ ਕਰਨ ਦੇ ਫੈਸਲੇ ਨੇ ਇਲਾਕੇ ਵਿੱਚ ਮਾਣ ਭਰ ਦਿੱਤਾ। ਨਾਮਦੇਵ ਪੁਟਾਲ ਹੋਰਾਂ ਦੀ ਕਹਾਣੀ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਇਨਸਾਨ ਵੱਲੋਂ ਸਰੀਰ ਨੂੰ ਮੌਤ ਮਗਰੋਂ ਦਾਨ ਕਰਨ ਬਾਰੇ ਪ੍ਰਕਿਰਿਆ ਕੀ ਹੈ, ਸਰੀਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਅਤੇ ਇਸ ਬਾਰੇ ਧਾਰਨਾਵਾਂ ਕੀ ਨੇ। ਨਾਮਦੇਵ ਪੁਟਾਲ ਹੋਰਾਂ ਦੀ ਮ੍ਰਿਤਕ ਦੇ ਮੈਡੀਕਲ ਰਿਸਰਚ ਲਈ ਪਟਿਆਲਾ ਦੇ ਜਿਹੜੇ ਸਰਕਾਰੀ ਮੈਡੀਕਲ ਕਾਲਜ ਲਿਆਂਦੀ ਗਈ ਉਸ ਦੇ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਰਾਜਨ ਸਿੰਗਲਾ ਮੁਤਾਬਕ ਉਹਨਾਂ ਕੋਲ 2 ਤਰੀਕੇ ਨਾਲ ਡੈੱਡ ਬਾਡੀਜ਼ ਆਉਂਦੀਆਂ ਨੇ। ਪਹਿਲਾਂ ਤਾਂ ਦਾਨ ਰਾਹੀਂ ਅਤੇ ਦੂਜਾ ਪੰਜਾਬ ਐਨਾਟਮੀ ਐਕਟ 1963 ਰਾਹੀਂ। ਡਾਕਟਰ ਸਿੰਗਲਾ ਮੁਤਾਬਕ ਦਾਨ ਰਾਹੀਂ ਆਉਂਦੀਆਂ ਡੈੱਡ ਬਾਡੀਜ਼ ਲਈ ਬਕਾਇਦਾ ਕੋਈ ਇਨਸਾਨ ਜਿਸ ਦੀ ਉਮਰ 18 ਸਾਲ ਜਾਂ ਫਿਰ ਉਸ ਤੋਂ ਵੱਧ ਹੈ ਉਹ ਆਪਣੀ ਵਿਲ ਯਾਨੀ ਵਸੀਅਤ ਰਾਹੀਂ ਇਹ ਕਹਿ ਸਕਦਾ ਹੈ ਕਿ ਮਰਨ ਉਪਰੰਤ ਮੈਂ ਆਪਣਾ ਸਰੀਰ ਮੈਡੀਕਲ ਸੰਸਥਾ ਨੂੰ ਦਾਨ ਕਰਨਾ ਚਾਹੁੰਦਾ। ਡਾਕਟਰ ਸਿੰਗਲਾ ਅੱਗੇ ਦੱਸਦੇ ਨੇ ਕਿ ਇਸ ਪ੍ਰਕਿਰਿਆ ਦੇ ਲਈ ਹਸਪਤਾਲ ਦੇ ਐਨਾਟਮੀ ਵਿਭਾਗ ਜਾਂ ਫਿਰ ਪ੍ਰਿੰਸੀਪਲ ਦਫ਼ਤਰ 'ਚੋਂ ਬਾਡੀ ਡੋਨੇਸ਼ਨ ਫਾਰਮ ਲੈ ਕੇ ਇਸ ਨੂੰ ਭਰ ਕੇ ਵਾਪਸ ਜਮ੍ਹਾਂ ਕਰਵਾਉਣਾ ਪੈਂਦਾ ਹੈ। ਇਸ ਵਿੱਚ ਸਰੀਰ ਦਾਨ ਕਰਨ ਵਾਲੇ ਇਨਸਾਨ ਦੇ ਦਸਤਖਤ ਤਾਂ ਹੁੰਦੇ ਹੀ ਨੇ, ਨਾਲ ਹੀ ਜੀਵਨ ਸਾਥੀ ਅਤੇ ਬੱਚਿਆਂ ਦੇ ਵੀ ਦਸਤਖਤ ਹੁੰਦੇ ਨੇ। ਉਹ ਦੱਸਦੇ ਨੇ ਕਿ ਮਰਨ ਉਪਰੰਤ ਉਸ ਇਨਸਾਨ ਦੀ ਬਾਡੀ ਨੂੰ ਲਿਆਉਣ ਦੀ ਜ਼ਿੰਮੇਵਾਰੀ ਪਰਿਵਾਰ ਦੀ ਹੁੰਦੀ ਹੈ। ਹੁਣ ਗੱਲ ਆਉਂਦੀ ਹੈ ਮ੍ਰਿਤਕ ਸਰੀਰ ਦੀ ਵਰਤੋਂ ਦੀ। ਇਸ ਬਾਰੇ ਡਾਕਟਰ ਸਿੰਗਲਾ ਦੱਸਦੇ ਨੇ ਕਿ ਇਸ ਦੀ ਮੁਕੰਮਲ ਤੌਰ ਉੱਤੇ ਵਰਤੋਂ ਸਿਰਫ ਤੇ ਸਿਰਫ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਰਿਸਰਚ ਲਈ ਕੀਤੀ ਜਾਂਦੀ ਹੈ। ਇਹ ਬਾਡੀਜ਼ ਜਿਹੜੀਆਂ ਆਉਂਦੀਆਂ ਹੈਗੀਆਂ ਇਹ ਵਿਦਿਆਰਥੀਆਂ ਦੀ MBBS ਦੇ BDS ਦੇ ਵਿਦਿਆਰਥੀਆਂ ਦੀ ਪੜ੍ਹਾਈ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਇਹਦੇ ਵਿੱਚ ਅਸੀਂ ਇੱਕ ਸਬਜੈਕਟ ਹੁੰਦਾ ਹੈਗਾ ਐਨਾਟਮੀ, ਜਿਹਦੇ ਵਿੱਚ ਬਾਡੀ ਦੀ ਸਟਰਕਚਰ ਦੇ ਬਾਰੇ ਦੱਸਿਆ ਜਾਂਦਾ ਹੈ। ਬੱਚੇ ਉਹਦੀ ਡਿਸੈਕਸ਼ਨ ਕਰਦੇ ਆ ਬਾਡੀ ਦੀ ਅਤੇ ਹਰ ਚੀਜ਼ ਦੇਖਦੇ ਆ ਕਿਹੜੀ ਚੀਜ਼ ਕਿੱਥੇ ਹੈਗੀ ਹੈ, ਤਾਂ ਜੋ ਜਦੋਂ ਅੱਗੇ ਉਹ ਪੜ੍ਹਦੇ ਆ ਤਾਂ ਉਹਨਾਂ ਨੂੰ ਪਤਾ ਲੱਗ ਸਕੇ, ਜਦੋਂ ਉਹਨਾਂ ਨੇ ਸਰਜਰੀ ਕਰਨੀ ਹੈ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਨੋਰਮਲ ਚੀਜ਼ ਕਿੱਥੇ ਹੈਗੀ ਹੈ। ਸੋ ਇਸ ਦਾ ਮੰਤਵ ਸਿਰਫ ਇਹੀ ਹੈ ਕਿ ਅਸੀਂ ਉਹਨਾਂ ਨੂੰ ਨੋਰਮਲ ਸਟਰਕਚਰ ਬਾਡੀ ਦਾ ਪੜ੍ਹਾਉਂਦੇ ਹਾਂ ਇਹਨਾਂ ਬਾਡੀ ਦੀ ਡਿਸੈਕਸ਼ਨ ਕਰਕੇ। MBBS ਤੋਂ ਇਲਾਵਾ ਕਈ ਵਾਰੀ MS ਦੇ ਵਿਦਿਆਰਥੀ ਵੀ ਆ ਕੇ ਉਹਦੇ ਉੱਤੇ ਰਿਸਰਚ ਕਰਦੇ ਆ, ਉਹ ਵੀ ਆ ਕੇ ਡਿਸੈਕਸ਼ਨ ਕਰਕੇ ਵੇਖਦੇ ਆ, ਤਾਂ ਉਸ ਵੇਲੇ ਫਿਰ ਬਾਡੀਜ਼ ਦੀ ਖਪਤ ਜ਼ਿਆਦਾ ਹੋ ਜਾਂਦੀ ਹੈਗੀ ਹੈ। ਬਾਡੀ ਡੋਨੇਸ਼ਨ ਨਾਲ ਜੁੜੀਆਂ ਧਾਰਨਾਵਾਂ ਬਾਰੇ ਵੀ ਡਾਕਟਰ ਸਿੰਗਲਾ ਤਫਸੀਲ ਵਿੱਚ ਦੱਸ ਰਹੇ ਨੇ। ਕਈ ਤਰ੍ਹਾਂ ਦੀਆਂ ਭ੍ਰਾਂਤੀਆਂ, ਲੋਕ ਸੋਚਦੇ ਵੀ ਇਹਦੇ ਵਿੱਚੋਂ ਸ਼ਾਇਦ ਕਿਡਨੀ ਕੱਢ ਦਿੱਤੀ ਜਾਂਦੀ ਹੈ ਜਾਂ ਕੋਈ ਔਰਗਨ ਕੱਢ ਲਿੱਤਾ ਜਾਂਦਾ। ਇਹ ਬਿਲਕੁਲ ਕਲੀਅਰ ਕੱਟ ਗੱਲ ਹੈ ਜੀ, ਕਿਡਨੀ ਜਿਹੜੀ ਹੈਗੀ ਹੈ ਉਹ ਸਿਰਫ ਲਿਵਿੰਗ ਡੋਨਰ ਦੇ ਵਿੱਚੋਂ ਟ੍ਰਾਂਸਪਲਾਂਟ ਹੁੰਦੀ ਹੈ, ਮਰੇ ਬੰਦੇ ਦੇ ਵਿੱਚੋਂ ਨਹੀਂ ਹੁੰਦੀ। ਬਾਕੀ ਔਰਗਨ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਬ੍ਰੇਨ ਡੈੱਡ ਬਾਡੀ ਜਿਹੜੀ ਹੁੰਦੀ ਆ ਉਹਦੇ ਤੋਂ ਹੀ ਹੁੰਦੇ ਆ, ਪਰ ਸਾਡੇ ਕੋਲ ਜਿਹੜੀ ਬਾਡੀ ਆਉਂਦੀ ਹੈ ਬੰਦਾ ਪੂਰੀ ਤਰ੍ਹਾਂ ਨਾਲ ਜਦੋਂ ਡੈੱਥ ਹੋ ਜਾਂਦੀ ਉਸ ਤੋਂ ਬਾਅਦ ਆਉਂਦੀ ਹੈ। ਉਹਦੇ ਵਿੱਚੋਂ ਕੋਈ ਵੀ ਔਰਗਨ, ਚਾਹੇ ਹਾਰਟ ਹੈ, ਚਾਹੇ ਲਿਵਰ ਹੈ, ਚਾਹੇ ਲੰਗ ਹੈ, ਕੋਈ ਵੀ ਔਰਗਨ ਟ੍ਰਾਂਸਪਲਾਂਟ ਨਹੀਂ ਹੋ ਸਕਦਾ। ਡਾਕਟਰ ਸਿੰਗਲਾ ਮੁਤਾਬਕ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਦਾਨ ਤੋਂ ਇਲਾਵਾ ਪੰਜਾਬ ਐਨਾਟਮੀ ਐਕਟ 1963 ਰਾਹੀਂ ਲਵਾਰਸ ਲਾਸ਼ਾਂ ਵੀ ਆਉਂਦੀਆਂ ਨੇ। ਅਜਿਹੀਆਂ ਲਾਸ਼ਾਂ ਨੂੰ 72 ਘੰਟੇ ਮਗਰੋਂ ਉਦੋਂ ਲਿਆ ਜਾਂਦਾ ਹੈ ਜਦੋਂ ਇਸ ਦਾ ਕੋਈ ਵੀ ਵਾਰਸ ਦਾਅਵਾ ਨਹੀਂ ਕਰਦਾ ਤੇ ਅਜਿਹੀਆਂ ਲਾਸ਼ਾਂ ਨੂੰ ਬਕਾਇਦਾ ਐਕਟ ਤਹਿਤ ਲੈਣ ਦਾ ਹੱਕ ਪ੍ਰਿੰਸੀਪਲ ਦੇ ਕੋਲ ਹੈ। ਨਾਮਦੇਵ ਪੁਟਾਲ ਦੇ ਮਰਨ ਉਪਰੰਤ ਸਰੀਰ ਨੂੰ ਦਾਨ ਕਰਨ ਦੇ ਫੈਸਲੇ ਦਾ ਸਵਾਗਤ ਪਰਿਵਾਰ ਨੇ ਖਿੜੇ ਮੱਥੇ ਕੀਤਾ। ਉਹਨਾਂ ਦੀ ਪਤਨੀ ਮੁਤਾਬਕ ਉਹ ਆਪਣੇ ਇਸ ਫੈਸਲੇ ਤੇ ਆਖਰੀ ਵਕਤ ਤੱਕ ਦ੍ਰਿੜ ਰਹੇ। ਸੋਚ ਹੋਈ ਸੀ, ਮੈਂ ਬੇਸ਼ੱਕ ਥੋੜੀ ਜਿਹੀ ਪਿੱਛੇ ਹਟ ਗਈ, ਪਰ ਇਹ ਪਿੱਛੇ ਨਹੀਂ ਹਟੇ। ਲਗਾਤਾਰ ਇਹ ਗੱਲ ਹੁੰਦੀ ਰਹਿੰਦੀ ਸੀ ਕਿ ਕੋਈ ਦੇਣ ਲੈਣ ਨੂੰ, ਕੋਈ ਕੁਛ ਨਹੀਂ ਕਰਨਾ। ਇਸ 'ਤੇ ਵੀ ਇਹ ਚੱਲਦੀ ਸੀ ਵੀ ਬੋਡੀ ਦਾਨ ਕਰਨੀ ਚਾਹੀਦੀ ਹੈ, ਤੁਸੀਂ ਤਾਂ ਮਿੰਟ 'ਚ ਸਵਾਹ ਬਣਾ ਕੇ ਆ ਜਾਓਗੇ। ਮੇਰੀ ਇੱਛਾ ਅਤੇ ਮੇਰੀ ਵੀ ਇੱਛਾ ਇਹੀ ਸੀਗੀ ਵੀ ਇਹਨਾਂ ਦੀ ਬੋਡੀ ਦਾਨ ਕੀਤੀ ਜਾਵੇ। ਮੈਂ ਕਹਿ ਦਿੰਦੀ ਜੀ ਮੈਂ ਪਹਿਲਾਂ ਚਲੀ ਗਈ, ਤੁਸੀਂ ਕਿਸੇ ਨੂੰ ਕਿਹੋ ਨਹੀਂ, ਫਿਰ ਮੈਂ ਕਰੂੰਗੀ। ਮੈਨੂੰ ਪਤਾ ਸੀ ਉਹਨਾਂ ਦੀ ਸੋਚ ਦਾ, ਜਿਹੜੀ ਸੋਚ 'ਤੇ ਉਹ ਪਹਿਰਾ ਦਿੰਦੇ ਸੀ, ਜਮਹੂਰੀ ਹੱਕਾਂ ਵਾਸਤੇ ਲੜੇ, ਉਹ ਹਮੇਸ਼ਾ ਲੜਦੇ ਰਹੇ।
ਉਧਰ ਨਾਮਦੇਵ ਪੁਟਾਲ ਨੂੰ ਆਖਰੀ ਅਲਵਿਦਾ ਆਖਣ ਲਈ ਪਹੁੰਚੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਦੱਸਦੇ ਨੇ ਕਿ ਉਹਨਾਂ ਦੇ ਸਾਥੀ ਨਾਮਦੇਵ ਵਿਗਿਆਨੀ ਸੋਚ ਦੇ ਧਾਰਨੀ ਸਨ। ਤੁਸੀਂ ਇਹ ਦੇਖਦੇ ਹੋਵੋਗੇ ਕਿ ਹਜ਼ਾਰਾਂ ਦੇ ਵਿੱਚੋਂ ਹੀ ਇੱਕ ਡੈੱਡ ਬੋਡੀ ਰਜਿੰਦਰਾ ਹਸਪਤਾਲ ਨੂੰ ਜਾਂ ਹੋਰਨਾਂ ਮੈਡੀਕਲ ਕਾਲਜਾਂ ਨੂੰ ਜਾਂਦੀ ਹੈ, ਜਿੱਥੇ ਆਮ ਤੌਰ 'ਤੇ ਸਾਡੀਆਂ ਜਿਹੜੀਆਂ ਮਿੱਥਾਵਾਂ ਮਿੱਥੀਆਂ ਹੋਈਆਂ ਨੇ, ਜਿਨ੍ਹਾਂ 'ਚ ਕਿਹਾ ਜਾਂਦਾ ਕਿ ਤੇਰੇ ਹੱਡ ਵਿਕਦੇ ਆ ਪਰ ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ, ਜਿਉਂਦਿਆਂ ਦੇ ਹੱਡ ਵਿਕਦੇ, ਜਾਣੀ ਇਹ ਸਾਬਤ ਕੀਤਾ ਕਿ ਮੈਡੀਕਲ ਵਿਗਿਆਨ ਨੂੰ ਡੈੱਡ ਬੋਡੀਆਂ ਦੀ ਮ੍ਰਿਤਕ ਸਰੀਰਾਂ ਦੀ ਕਿੰਨੀ ਲੋੜ ਹੈ। ਕਿ ਜਿਹੜੇ ਵਿਦਿਆਰਥੀ ਪੜ੍ਹਦੇ ਆ ਮੈਡੀਕਲ ਕਾਲਜਾਂ ਦੇ ਵਿੱਚ, ਉਹਨਾਂ ਨੇ ਇਹ 'ਤੇ ਐਕਸਪੈਰੀਮੈਂਟ ਕਰਨੇ ਆ, ਉਹਨਾਂ ਨੇ ਇਹ 'ਤੇ ਤਜਰਬੇ ਕਰਨੇ ਆ, ਉਹ ਤਜਰਬੇ ਬਾਡੀ ਤੋਂ ਬਗੈਰ, ਡੈੱਡ ਬੋਡੀ ਤੋਂ ਬਗੈਰ ਉਹ ਵਿਦਿਆਰਥੀ ਗਿਆਨ ਤੋਂ ਵਿਹੂਣੇ ਰਹਿ ਜਾਂਦੇ ਆ, ਗਿਆਨ ਤੋਂ ਸੱਖਣੇ ਰਹਿ ਜਾਂਦੇ ਆ। ਉਦੋਂ ਡਾਕਟਰ ਸਿੰਗਲਾ ਦੱਸਦੇ ਨੇ ਕਿ ਉਹਨਾਂ ਦੇ ਸਰਕਾਰੀ ਮੈਡੀਕਲ ਕਾਲਜ ਦੇ ਐਨਾਟਮੀ ਵਿਭਾਗ ਵਿੱਚ ਮੌਜੂਦਾ ਸਮੇਂ ਲਗਭਗ 35 ਮ੍ਰਿਤਕ ਦੇ ਹਨ ਅਤੇ ਹਰ ਸਾਲ ਕਰੀਬ 15 ਦੀ ਵਰਤੋਂ ਵਿਦਿਆਰਥੀਆਂ ਵੱਲੋਂ ਰਿਸਰਚ ਲਈ ਕੀਤੀ ਜਾਂਦੀ ਹੈ। ਉਹਨਾਂ ਮੁਤਾਬਕ ਇਸ ਵੇਲੇ ਮਰਨ ਉਪਰੰਤ ਆਪਣੇ ਸਰੀਰ ਨੂੰ ਦਾਨ ਕਰਨ ਲਈ ਲਗਭਗ 400 ਫਾਰਮ ਉਹਨਾਂ ਦੇ ਕੋਲ ਮੌਜੂਦ ਨੇ।